ਸਤ ਸੰਗਤ ਜਿੰਨਾ ਮਰਜ਼ੀ ਅਭਿਆਸੀ ਇਹ ਉਹਨੂੰ ਕਰਨੀ ਜ਼ਰੂਰੀ ਆ ਕੱਲਾ ਬੈਠ ਕੇ ਬਾਣੀ ਪੜੇ ਜਪੇ ਜੁੜੇ ਅੰਦਰ ਕਈਵਿਰ ਹਉਮੈ ਬਣਨ ਲੱਗ ਜਾਂਦੀ ਹਉਮੈ ਉਹਨੂੰ ਜਪਣਾ ਆਕਾਂਤ ਵਿੱਚ ਪਰਾ ਕੇ ਸਤ ਸੰਗਤ ਕਰਨੀ ਜ਼ਰੂਰੀ ਆ ਜਿਵੇਂ ਜਿਵੇਂ ਉਹਦੀ ਦਿਬ ਨੇਤਰ ਪ੍ਰਕਾਸ਼ ਹੋਣਗੇ ਨਾ ਇਹ ਪਤਾ ਲੱਗਦਾ ਜਾਵੇਗਾ ਜੇ ਮੈਂ ਘੰਟਾ ਜਪਣ ਵਾਲਾ ਇੱਥੇ 2 ਘੰਟਿਆਂ ਵਾਲਾ ਵੀ ਬੈਠਾ ਆ ਮੈਂ ਸੱਤ ਬਾਣੀਆਂ ਦਾ ਨਿਤਨੇਮੀ ਆ ਇੱਥੇ 10 ਬਾਣੀਆਂ ਪੜਨ ਵਾਲਾ ਵੀ ਬੈਠਾ ਹੈ ਮੈਂ 10 ਮਿੰਟ ਸੰਗਤ ਕਰਦਾ ਐ ਇੱਥੇ 5 ਘੰਟੇ ਸੰਗਤ ਕਰਨ ਵਾਲਾ ਵੀ ਬੈਠਾ ਉਹਨੂੰ ਹਉਮੈ ਨਹੀਂ ਹੁੰਦੀ ਨਿਰਮਾਨਤਾ ਨਿਮਾ ਬਣਿਆ ਰਹਿੰਦਾ ਤੇ ਜਿੰਨਾ ਚਿਰ ਨਿਮਿਆ ਰਹਿੰਦਾ ਝੁਕਿਆ ਰਹਿੰਦਾ ਦਾਤ ਹਿਰਦੇ ਦੇ ਵਿੱਚ ਪੈਂਦੀ ਰਹਿੰਦੀ ਆ ਪ੍ਰਾਪਤੀ ਹੁੰਦੀ ਰਹਦੀ ਆ ਮਹਾਰਾਜ ਕਹਿੰਦੇ ਸਤ ਸੰਗਤ ਸਾਧ ਪਾਈ ਵੱਡ ਭਾਗੀ ਸਤ ਸੰਗਤ ਦੀ ਪ੍ਰਾਪਤੀ ਵੱਡਿਆਂ ਭਾਗਾਂ ਨਾਲ ਹੁੰਦੀ ਐ ਤੇ ਵੱਡੇ ਭਾਗਾਂ ਵਾਲੇ ਸਾਧਨਾ ਕਰਦੇ ਆਪਣੇ ਆਪ ਨੂੰ ਸਵਾਰਦੇ ਸਧਾਰਦੇ ਖਿਆਲات ਵਿਚਾਰ ਕਰਮਿੰਦਰੇ ਗਿਆਨ ਇੰਦਰੇ ਇਨਾਂ ਨੂੰ ਸੰਭਾਲਦੇ ਨੇ ਸਵਾਰデア ਸੰਗ ਸਾਧੂ ਪਾਰ ਪਇਆ ਫਿਰ ਸਾਧੂਆਂ ਦਾ ਜੁੜੇ ਹੋਏ ਜਿਨ੍ਹਾਂ ਸਾਧਨਾ ਸੰਪੰਨਤਾ ਹਾਸਲ ਕਰ ਲਈ ਉਹਨਾਂ ਦੇ ਸੰਗ ਦੇ ਨਾਲ ਭਵਜਲ ਤੋਂ ਪਾਰ ਹੋ ਗਿਆ ਸਤ ਸੰਗਤ ਕਰਦਾ ਕਰਦਾ ਸੰਸਾਰ ਤੋਂ ਪਾਰ ਨੰਗ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਐਸਾ ਕਰੇਗਾ ਤਾਂ ਪ੍ਰਾਪਤੀ ਹੋਵੇਗੀ ਸਤ ਸੰਗਤ ਦਾ ਬੜਾ ਵੱਡਾ ਪ੍ਰਤਾਪ ਏ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਜਿੱਥੇ ਕੇਵਲ ਇੱਕ ਨਾਮ ਇੱਕ ਪਰਮਾਤਮਾ ਦੀ ਗੱਲ ਏ ਦੂਜੀ ਨਹੀਂ ਦ્વੈਤ ਨਹੀਂ ਜਿੱਥੇ ਏਕੋ ਉਪਦੇਸ਼ ਸਭ ਨਾਲੀ ਇੱਕੋ ਜਗਾ ਸਭ ਨਾਲ ਲਈ ਇੱਕੋ ਸਮਾ ਸਭ ਨਾਲ ਲਈ ਇੱਕੋ ਸੰਗਤ ਪੰਗਤ ਸਭ ਨਾਲ ਲਈ ਦੂਦਾ ਕੋਈ ਵੱਖਰਾ ਪਨ ਨਹੀਂ ਮਹਾਰਾਜ ਕਹਿੰਦਿਆ ਸੰਕ ਸੰਨੰਦ ਜਿਹੜੇ ਨੇ ਔਰ ਉਹਨਾਂ ਨੇ ਵੀ ਆ ਕੇ ਅੰਤਨਾ ਪਾਇਆ ਭਾਈ ਗੁਰਦਾਸ ਸਾਹਿਬ ਕਹਿੰਦਿਆ ਸਿਵ ਸਨਕਾਦਕ ਬ੍ਰਹਮਾਦਕ ਨਾ ਪਾਵਹੀ ਉਸ ਪ੍ਰਾਪਤੀ ਨੂੰ ਉਸ ਦਾਤ ਨੂੰ ਉਸ ਬਖਸ਼ਿਸ਼ ਨੂੰ ਜਿਹੜੀ ਨੂੰ ਬ੍ਰਹਮਾ ਸ਼ਿਵ ਜੀ ਅਰ ਸਨਕਾਦਕਾ ਦੇਵਤੇ ਵੀ ਪਾ ਨਹੀਂ ਸਕਦੇ ਪਰ ਲੋਚਦੇ ਜ਼ਰੂਰ ਏ ਚਾਹੁੰਦੇ ਜ਼ਰੂਰ ਏ ਉਹਨਾਂ ਨੂੰ ਇਹ ਪ੍ਰਾਪਤੀ ਨਹੀਂ ਉਹ ਸਾਧ ਸੰਗਤ ਦੇ ਤੇਜ ਪ੍ਰਤਾਪ ਨੂੰ ਪ੍ਰਾਪਤ ਨਹੀਂ ਕਰ ਸਕਦੇ ਮਹਾਰਾਜ ਕਹਿੰਦੇ ਸਨਕਾਦਕ ਨਾਰਦ ਮੁਨ ਸੇਖਾ ਜਿਨੇ ਨਾਰਦ ਮਣੀ ਤੋਂ ਆਦਾ ਔਰ ਸਨਕਾਦਕ ਬ੍ਰਹਮਾ ਦੇ ਪੁੱਤਰ ਸੇਖ ਵੱਡੇ ਪੀਰ ਆਦ ਸਾਈਦਾ ਤਿੰਨ ਪੀ ਤਨ ਮੈ ਮਨ ਨਹੀਂ ਪੇਖਾ ਉਹਨਾਂ ਨੇ ਵੀ ਆਪਣੇ ਅੰਦਰ ਆਪਣਾ ਸ਼ੁੱਧ ਰੂਪ ਆਤਮਾ ਨਹੀਂ ਦੇਖਿਆ ਕਿਉਂਕਿ ਆ ਇਹ ਕੇਵਲ ਸਤ ਸੰਗੀਆਂ ਨੂੰ ਪਤਾ ਲੱਗਾ ਜੀਵਨ ਸਵਾਰਨ ਵਾਲਿਆਂ ਨੂੰ ਪਤਾ ਲੱਗਾ ਰਬ ਰਬ ਜਪਣ ਵਾਲਿਆਂ ਨੂੰ ਪਤਾ ਲੱਗਾ ਅੰਦਰੋਂ ਜੁੜਨ ਵਾਲਿਆਂ ਨੂੰ ਪਤਾ ਲੱਗਾ ਉਹ ਸਤ ਸੰਗਤ ਦਾ ਜਿਹੜਾ ਪ੍ਰਭਾਵ ਬਹੁਤ ਵੱਡਾ ਮਹਾਰਾਜ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਕਬੀਰ ਏਕ ਘੜੀ ਆਦੀ ਘੜੀ ਆਦੀ ਹੋ ਤੈ ਫੋਨ ਆਦ ਕਹਿ ਲੱਗੇ ਬਈ ਇੱਕ ਘੜੀ ਸਤ ਸੰਗਤ ਕਰ ਲਿਆ ਕਰ ਤੇ ਜੇ ਘੜੀ ਸੰਗਤ ਕਰ ਲੇ ਤੇ ਪਾਰ ਉਤਾਰਾ ਨਾ ਕੋ ਸੰਗਤ ਕਰੇਗਾ ਤੇ ਉਹਦਾ ਲੇਖਾ ਹੋਣਾ ਹੈ ਫਿਰ ਘੜੀ ਘਰੀ ਕਾ ਲੇਖਾ ਮੰਗੇ ਲੇਖਾ ਹੋਵੇਗਾ ਘੜੀ ਘੜੀ ਦਾ ਤੇ ਫਿਰ ਉਹ ਜਦੋਂ ਲੇਖਾ ਹੋਵੇਗਾ ਮਾਰ ਪਏਗੀ ਘੜੀਏ ਘੜੀਏ ਮਾਰੀਏ ਪਹਿਰੀ ਲੈ ਸਜਾਏ ਸਦਾ ਵੀ ਮਿਲੋਗੀ ਕੜਿਆਲ ਦੀ ਤਰ੍ਹਾਂ ਖੈਰ ਕਬੀਰ ਸਾਹਿਬ ਕਹਿੰਦੇ ਬਈ ਘੜੀ ਦਾ ਤੇ ਘੜੀ ਦਾ ਸਮਾਂ ਜਿਹੜਾ 24 ਮਿੰਟ ਜਾਂ 23.5 ਮਿੰਟ ਦਾ ਵਿਦਵਾਨਾਂ ਨੇ ਲਿਖਿਆ ਕਹਿੰਦੇ ਇੰਨੇ ਕੋ ਸਮਾਂ ਤੂੰ ਜੁੜਦਿਆ ਕਰ ਤਨ ਕਰਕੇ ਤੇ ਮਨ ਕਰਕੇ ਤਨ ਕਰਕੇ ਵੀ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਉਹ ਮੇ ਨਾਮ ਜਿਹੜਾ ਹੈ ਉਹ ਮਨ ਕਰਕੇ ਜਪੇ ਮਨ ਨਾਮ ਵਿੱਚ ਲੀਨ ਹੋਵੇ ਤਨ ਸੰਗਤ ਵਿੱਚ ਹੋਵੇ ਮਨ ਮਾਲਕ ਵਿੱਚ ਜੁੜਿਆ ਹੋਵੇ ਕਬੀਰ ਇੱਕ ਘੜੀ ਕਬੀਰ ਸਭ ਕਹਿੰਦੇ ਇੱਕ ਘੜੀ ਜਪ ਲਿਆ ਕਰ ਸਾਰੀ ਦਿਹਾੜੀ ਚ ਜੁੜ ਕੇ ਤੇ ਉਹ ਘੜੀ ਵਿੱਚ ਨਾ ਕਰਦਾ ਖਿਆਲ ਨਾ ਆਵੇ ਸੰਸਾਰ ਵਾਲੀ ਵਿਚਾਰ ਨਾ ਆਵੇ ਪਰਮਾਤਮਾ ਵਾਲੀ ਆਵੇ ਤੇ ਕਹਿੰਦੇ ਜੇ ਇੱਕ ਘੜੀ ਨਹੀਂ ਨਾ ਜਪ ਸਕਦਾ ਤੇ ਅੱਧੀ ਘੜੀ ਅੱਧੀ ਘੜੀ ਜਿਹੜੀ ਆ ਉਹਦੇ 12 ਮਿੰਟ ਬੰਨਦੇ 12 12 ਮਿੰਟ ਹੀ ਜਪ ਲਿਆ ਕਰ ਪਰਮਾਤਮਾ ਨੂੰ ਉਹਦੇ ਵਿੱਚ ਕੋਈ ਦੂਜਾ ਫੁਰਨਾ ਨਾ ਹੋਵੇ ਤੇ ਜੇ 12 ਮਿੰਟ ਨਹੀਂ ਆਧੀ ਹੋਣ ਤੇ ਫੁੱਨ ਆਦਿ ਅੱਧੀ ਤੋਂ ਅੱਧੀ 6 ਮਿੰਟ 6 ਮਿੰਟ ਦੀ ਇਕਾਗਰਤਾ ਬਣਾ ਲਿਆ ਕਰ ਅੰਦਰੋਂ ਜੁੜ ਕੇ ਅੰਦਰੋਂ ਤੁਰਿਆ ਕਰ ਪਰਮਾਤਮਾ ਵੱਲ ਨੂੰ ਆਦੀ ਹੁੰਤੇ ਫੁਨ ਆਦ ਭਗਤਨ ਛੇਤੀ ਗੋਸਟੇ ਜੋ ਕੀਨੇ ਸੋ ਲਾਭ ਜਿਹੜਾ ਵੀ ਜਪੇਗਾ ਉਹ 6 ਮਿੰਟ ਜਪੇ ਉਹ 12 ਮਿੰਟ ਜਪੇ ਉਹ 24 ਮਿੰਟ ਜਪੇ ਉਹ ਘੰਟਾ ਜਪੇ ਜਿਹੜਾ ਜਪੇਗਾ ਲਾਭ ਉਹਨੂੰ ਹੋਣਾ ਹੈ ਜਿਹੜਾ ਜੁੜੇਗਾ ਲਾਭ ਉਹਨੂੰ ਹੋਣਾ ਹੈ ਦੂਜਾ ਮੇਰੀ ਤਰ੍ਹਾਂ ਗੱਲਾਂ ਕਰਨ ਵਾਲਾ ਹੀ ਰਹਿਣਾ ਪੱਲੇ ਉਹਦੇ ਕੁਝ ਨਹੀਂ ਪੈਣਾ ਉਹ ਲਾਭ ਦਾ ਜਿਹੜਾ ਹੈ ਤੇਜ ਪ੍ਰਤਾਪ ਬਖਸ਼ਿਸ਼ ਦਾ ਤੇ ਉਹਦਾ ਅੰਦਾਜ਼ਾ ਜਿਹੜਾ ਨਾ ਔਰ ਨਾ ਸ਼ਿਵਜੀ ਲਾ ਸਕਦਾ ਹੈ ਨਾ ਬ੍ਰਹਮਾ ਦੇ ਪੁੱਤਰ ਜਿਹੜਿਆ ਸਨਕ ਸਨਾਤਨ ਸੰਤ ਕੁਮਾਰ ਔਰ ਆਦ ਜਿਹੜੇ ਨੇ ਉਹ ਵੀ ਨਹੀਂ ਲਾ ਸਕਦੇ ਤੇ ਬ੍ਰਹਮਾਦਿਕ ਬ੍ਰਹਮਾ ਤੋਂ ਆਦ ਜਿੰਨੇ ਦੇਵਤੇ ਨੇ ਉਹ ਵੀ ਸਤ ਸੰਗਤ ਦੀ ਇੱਕ ਘੜੀ ਦਾ ਤੇਜ ਪ੍ਰਤਾਪ ਤੇ ਬਖਸ਼ਿਸ਼ ਕਿੰਨੀ ਕੇ ਔਰ ਉਹਨਾਂ ਨੂੰ ਵੀ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਵੀ ਲੋਚਦੇ ਨੇ ਚਾਹੁੰਦੇ ਰਹਿੰਦੇ ਨੇ ਤੇਰੇ ਤੇ ਗੁਰੂ ਨੇ ਕਿਰਪਾ ਕੀਤੀ ਤੈਨੂੰ ਇਹ ਸਮਾ ਪ੍ਰਾਪਤ ਹੋ ਜਾਂਦਾ ਹੈ ਔਰ ਅੰਦਰੋਂ ਜੁੜਿਆ ਕਰ ਤੁਰਿਆ ਕਰ ਔਰ ਉਹ ਦੇਵਤੇ ਲੋਚਦੇ ਉਹਨਾਂ ਕੋਲ ਦੇ ਨਹੀਂ ਉਹ ਕਰ ਨਹੀਂ ਸਕਦੇ ਸਤ ਸੰਗਤ ਤੂੰ ਕਰਦਾ ਜੁੜਦਾ ਇਹਦਾ ਤੇਜ ਪ੍ਰਤਾਪ ਬੜਾਏ ਕਿਉਂਕਿ ਦੇਵਤੇ ਜੁਨੀ ਵਿੱਚ ਨੇ ਤੂੰ ਸਤ ਸੰਗਤ ਕਰਕੇ ਸਿਮਰਨ ਕਰਕੇ ਮੁਕਤ ਹੋ ਜਾਣਾ ਮਾਲਕ ਦਾ ਰੂਪ ਹੋ ਜਾਣਾ ਉਹਨਾਂ ਨੂੰ ਮੁਕਤ ਹੋਣ ਵਾਸਤੇ ਜੁਨੀਆਂ ਚੋਂ ਬਚਣ ਵਾਸਤੇ ਉਹਨਾਂ ਨੂੰ ਦੇਹ ਧਾਰ ਨਹੀਂ ਪਵੇਗੀ ਦੇਵਤਿਆਂ ਨੂੰ ਦੇਵਤਿਆਂ ਨੂੰ ਮਨੁੱਖਾ ਤਨ ਵਿੱਚ ਆਉਣਾ ਪਵੇਗਾ ਫਿਰ ਸਿਮਰਨ ਤੇ ਸੇਵਾ ਕਰਕੇ ਸਤ ਸੰਗਤ ਕਰਕੇ ਫਿਰ ਜੀਵਨ ਬਤੀਤ ਕਰਨਾ ਪਵੇਗਾ ਫਿਰ ਉਹ ਮੁਕਤ ਹੋਣਗੇ ਫਿਰ ਛੁਟਕਾਰਾ ਹੋਣਾ ਤੇਰੇ ਕੋਲੇ ਸਾਰੀਆਂ ਚੀਜ਼ਾਂ ਨੇ ਤੂੰ ਜਪਿਆ ਕਰ ਇਸ ਕਰਕੇ ਇਹ ਦੇਵਤੇ ਵੀ ਸਤ ਸੰਗਤ ਦੀ ਇੱਕ ਘੜੀ ਅੱਧੀ ਘੜੀ ਦੇ ਔਰ ਤੇਜ ਪ੍ਰਤਾਪ ਨੂੰ ਨਹੀਂ ਜਾਣਦੇ ਕਿੰਨਾ ਕਿ ਜਾਣਦਾ ਤੋ ਜਿਹਨੇ ਮਾਣਿਆ ਜਿਹਨੇ ਰਸ ਚੱਖਿਆ ਹੋਵੇ ਉਹ ਹੀ ਦੱਸ ਸਕਦਾ ਹੈ ਨਾ ਦੂਜਾ ਕੀ ਦੱਸੇਗਾ ਉਹ ਵੀ ਅੰਤ ਨਹੀਂ ਪਾ ਸਕਦੇ ਭਾਈ ਸਾਹਿਬ ਕਹਿੰਦੇ ਸਿਮਰਤ ਪ੍ਰੰਬੇ ਦੁਸਾਤੁਰ ਔਨਾਦ ਬਾਦ ਭਾਈ ਗੁਰਦਾਸ ਸਾਹਿਬ ਕਹਿੰਦੇ ਸਿਮਰਤ 27 ਸਿਮਰਤੀਆਂ ਔਰ ਸਨਾਤਨ ਗੁਰੰਥ ਪੁਰਾਤਨ ਗੁਰੰਥ ਤੇ ਆਰਾ 18 ਪੁਰਾਨ ਤੇ ਚਾਰ 베ਦ ਛੇ ਸ਼ਾਸਤਰ ਤੇ ਕਹਿੰਦੇ ਇਹਨਾਂ ਦਾਰਾ ਜਿੰਨੀ ਉਪਜ ਰਹੀ ਧੁਨੀ ਇਹਨਾਂ ਨੂੰ ਪੜਨ ਵਾਲੇ ਮਾਤਮ ਤੰਤਰਾਂ ਨੂੰ ਬਾਦ ਆਪਸ ਵਿੱਚ ਬਾਦ ਸੰਵਾਦ ਕਰਦੇ ਝਗੜਦੇ ਚਰਚਾਵਾਂ ਕਰਦੇ ਹਾਰਦੇ ਜਿੱਤਦੇ ਇੱਕ ਦੂਜੇ ਤੋਂ ਇਹ ਜਿੰਨਾ ਕੁਝੇ ਰਾਗ ਰਾਗਣੀ ਹੂ ਨੇਤ ਨੇਤ ਕਰ ਗਾਵਹੀ ਕਹਿੰਦੇ ਚਾਹੇ 27 ਸਿਮਰਤਿਆਂ ਨੇ ਤੇ ਚਾਹੇ 18 ਪੁਰਾਨ ਨੇ ਚਾਹੇ 4 ਵੇਦ ਨੇ 6 ਸ਼ਾਸਤਰ ਨੇ ਹੋਰ ਤੋਂ ਨਾ ਉਪਜਦੀਆਂ ਨੇ ਬਾਦ ਬਿਬਾਦ ਵਾਜਿਆਂ ਆਦ ਦੇ ਦੁਆਰਾ ਤੇ ਉਹਨਾਂ ਦੇ ਦੁਆਰਾ ਵਜਾਉਣ ਵਾਲੇ ਤੇ ਔਰ ਤਬਲਾ ਆਦ ਢੋਲਕ ਔਰ ਇਹਨਾਂ ਦੇ ਦੁਆਰਾ ਜਿਹੜੇ ਰਾਗ ਤੇ ਰਾਗੜੀਆਂ ਨੂੰ ਪ੍ਰੇਮ ਨਾਲ ਆਲਾਪਿਆ ਜਾਂਦਾ ਹੈ ਗਾਇਆ ਜਾਂਦਾ ਹੈ ਕਹਿੰਦੇ ਸਾਰੇ ਦੇ ਸਾਰੇ ਇਨਾ ਪਰਮਾਤਮਾ ਨੂੰ ਬੇਅੰਤ 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 ਕਹਿੰਦੇ ਨੇ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਹਾਂ ਉਹਦਾ ਮਾਰਗ ਜ਼ਰੂਰ ਦੱਸਦੇ ਨੇ ਪਰ ਅੰਤ ਨਹੀਂ ਕਹਿੰਦੇ ਪਰਮਾਤਮਾ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਉਹਦੇ ਤੁਲ ਕੋਈ ਨਹੀਂ ਉਹ ਪਰਮਾਤਮਾ ਸਤ ਸੰਗਤ ਵਿੱਚ ਵਸਦਾ ਹੈ ਉਹ ਪਰਮਾਤਮਾ ਦਾ ਨਾਮ ਜਪ ਤੈਨੂੰ ਪ੍ਰਾਪਤੀ ਹੋਵੇਗੀ ਤੂੰ ਵੀ ਹਾ ਮੈਂ ਨਾ ਕਰੂ ਬਹੁਤ ਵੱਡਾ ਹੈ ਦਾਤਾ ਉਹਨੂੰ ਗਾਇਆ ਕਰ ਉਹਨੂੰ ਧਿਆਇਆ ਕਰ ਉਹਦੇ ਨਾਲ ਜੁੜਿਆ ਕਰ ਉਹਦੇ ਮਾਰਗ ਤੇ ਤੁਰਿਆ ਕਰ ਭਾਈ ਸਾਹਿਬ ਕਹਿੰਦੇ ਦੇਵੀ ਦੇਵ ਸਰਬਨ ਧਨ ਔ ਸਕਲ ਫਲ ਜਿੰਨੀਆਂ ਦੇਵੀਆਂ ਨੇ ਔਰ ਜਿੰਨੇ ਦੇਵ ਦੇਵਤੇ ਨੇ ਔਰ ਨਰ ਤੇ ਮਾਦਾ ਸੰਸਾਰ ਵਿੱਚ ਪ੍ਰਗਟ ਹੋਏ ਦੇਵ ਮੈਨਾ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਕੋਲ ਪ੍ਰਕਾਸ਼ਿਤ ਬੁੱਧ ਹੋਈ ਚਾਹੇ ਉਹ ਨਰ ਹੋਏ ਚਾਹੇ ਉਹ ਮਦੀਨ ਹੋਏ ਔਰ ਜਿੰਨੀਆਂ ਦੇਵੀਆਂ ਜਿੰਨੇ ਦੇਵਤੇ ਸਰਬਨਿਧਾਨ ਸਾਰੇ ਦੇ ਸਾਰੇ ਤੇ ਨਦੀਆਂ ਦਾ ਖਜ਼ਾਨਾ ਜਿਹੜਾ ਵੈਗਰੂ ਹੈ ਉਹ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ। ਉਹਦੀਆਂ ਬਖਸ਼ਿਸ਼ਾਂ ਨੇ ਔਰ ਸਕਲ ਫਲ ਅਤੇ ਸਾਰੇ ਜਿੰਨੇ ਫਲ ਪੈਦਾ ਹੋਏ ਬਖਸ਼ਿਸ਼ਾਂ ਨੇ ਉਹਦੀਆਂ ਰਹਿਮਤਾਂ ਤੇ ਜਿੰਨੇ ਜੀਵ ਉਹਦੀ ਕਿਰਪਾ ਨੂੰ پا ਕੇ ਨਾ ਔਰ ਉਤਪੰਨ ਹੋ ਰਹੇ ਨੇ ਫਲੀ ਭੂਤ ਹੋ ਰਹੇ ਨੇ ਔਰ ਸੰਸਾਰ ਦੇ